ਮਾਰ ਹੇਠ ਆਏ ਕਪੂਰਥਲਾ ਦੇ ਨੇੜਲੇ ਪਿੰਡ ਚੰਨਣਵਿੰਡੀ ਚ ਅੱਜ ਇੱਕ ਵੱਡਾ ਹਾਦਸਾ ਹੋਣਾ ਉਸ ਵੇਲੇ ਟਲ ਗਿਆ ਜਦੋਂ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਣਨ ਦੇ ਲਈ ਪਿੰਡ ਚੰਨਣਵਿੰਡੀ ਪਹੁੰਚੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਟਰੈਕਟਰ ਡੂੰਘੇ ਪਾਣੀ ਚ ਧਸ ਗਿਆ। ਦਰਅਸਲ ਸੁਲਤਾਨਪੁਰ ਲੋਧੀ ਤੋਂ SDM BDPO ਤੇ ਸੁਰੱਖਿਆ ਕਰਮੀਆਂ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਟਰੈਕਟਰ ਉੱਪਰ ਸਵਾਰ ਹੋ ਕੇ ਪਾਣੀ ਦੀ ਮਾਰ ਹੇਠ ਆਏ ਚੰਨਣਵਿੰਡੀ ਦੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਦੌਰਾ ਕਰਨ ਪੁੱਜੇ ਸਨ, ਜਿਸ ਦੌਰਾਨ ਉਹਨਾਂ ਦੇ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਡੂੰਘੇ ਪਾਣੀ ਦੇ ਵਿੱਚ ਚਲਾ ਗਿਆ, ਪਰ ਖੁਸ਼ਕਿਸਮਤੀ ਦੇ ਨਾਲ ਰੈਸਕਿਊ ਕਰ ਸਭ ਨੂੰ ਬਚਾ ਲਿਆ ਗਿਆ। ਕਰ ਰਿਹਾ ਸੀ ਮੈਂ ਡਰਾਈਵਰ ਤੇ SDM ਸਾਹਿਬ ਨਾਲ ਸੀ, BDO ਸਾਹਿਬ ਸੀ, SHO ਸਾਡੇ ਪਿੰਡ ਵਾਲੇ। ਅਸੀਂ ਸੋਚਿਆ ਇੱਥੇ ਆਫਿਸ ਬੈਠੇ ਸੀ ਵੀ ਜਿਹੜੇ ਪਿੰਡ ਰਹਿ ਗਏ ਆ ਨਾ ਉਹ ਚੈੱਕ ਕਰਕੇ ਆਈਏ। ਜਦੋਂ ਚੰਨਣਵਿੰਡੀ ਆਪਣੀਆਂ ਟੀਮਾਂ ਜਿੱਥੇ ਜਿੱਥੇ ਗਈਆਂ ਵੀ ਲੋਕਾਂ ਦਾ ਫੂਡ ਤਰਪਾਲਾਂ ਮੱਛਰਦਾਨੀ ਹਰ ਚੀਜ਼ ਪਹੁੰਚ ਰਹੀ ਆ ਚੰਨਣਵਿੰਡੀ ਤੋਂ, ਉੱਥੇ ਪਾਣੀ ਸੀਗਾ ਥੋੜ੍ਹਾ ਜਿਹਾ, ਕਹਿੰਦੇ ਜ਼ਿਆਦਾ ਕਾਫੀ ਸੀ ਵੀ ਟਰੈਕਟਰ 'ਤੇ ਜਾਣਾ ਪੈਣਾ। ਉਹ ਚੰਨਣਵਿੰਡੀ ਤੋਂ ਜਦੋਂ ਵਾਟਾਂ ਵਾਲੀ ਜਾਈਦਾ ਤਾਂ ਸੜਕ ਬਹੁਤ ਮਾੜੀ ਛੋਟੀ ਆ, ਬਹੁਤ ਛੋਟੀ ਸੀਗੀ। ਉਹ ਪਤਾ ਹੀ ਉਦੋਂ ਲੱਗਾ ਜਦੋਂ ਨਾ ਕੁਦਰਤ ਨੇ ਬਚਾਤਾ ਥੱਲੇ ਨੂੰ ਪਾਣੀ ਜਿੱਥੇ 10-10 ਫੁੱਟ ਸੀਗਾ ਉੱਧਰ ਨੂੰ ਟਰੈਕਟਰ ਉੱਤਰ ਗਿਆ ਅਤੇ ਉੱਤਰ ਕੇ ਫਿਰ ਪਲਟਣ ਲੱਗਾ। ਔਰ ਜੇ ਰੱਬ ਨਾ ਕਰੇ, ਚਲੋ ਪਰਮਾਤਮਾ ਕਿਰਪਾ ਕੀਤੀ ਆ, ਬੜੀ ਸੇਵਾ ਕਰਨੀ ਹੋਰ, ਜੇ ਉਹ ਪਲਟ ਜਾਂਦਾ ਤਾਂ ਥੱਲੇ ਆ ਜਾਣਾ ਹੈ ਸਾਰਿਆਂ ਨੇ। ਉਹ ਗੁਰੂ ਮਹਾਰਾਜ ਨੇ ਉਸ ਚੀਜ਼ ਦੀ ਜਿਹੜੀ ਆ ਬੜਾ ਬਚਾਅ ਰੱਖਿਆ। ਦੱਸ ਦਈਏ ਕਿ ਸੁਲਤਾਨਪੁਰ ਦੇ ਅਜੇ ਵੀ ਕਈ ਪਿੰਡਾਂ ਦੇ ਲੋਕ ਪਾਣੀ ਦੀ ਮਾਰ ਚੱਲ ਰਹੇ ਨੇ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਪੂਰਥਲਾ ਤੋਂ ਸੱਜਣ ਕੁਮਾਰ ਦੀ ਰਿਪੋਰਟ। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਇਅਰਸ ਓਲਡ। ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ ਜੁਆਇਨ ਕਰਨ ਸੇ ਪਹਿਲੇ ਆਈ ਵਾਸ ਵੇਇੰਗ ਅਰਾਊਂਡ 106 ਕੇਜੀਸ। ਆਫਟਰ ਜੁਆਇਨਿੰਗ ਬੋਡੀਫੈਬ ਆਈ ਹੈਵ ਸੀਨ ਅ ਡਰਾਸਟਿਕ ਚੇਂਜ ਟੂ ਸਲੈਸ਼ ਡਾਊਨ ਮਾਈ ਵੇਟ ਟੂ 85 ਕੇਜੀਸ ਟੂ ਲੀਡ ਅ ਵੈਰੀ ਹੈਲਦੀ ਐਂਡ ਐਕਟਿਵ ਲਾਈਫ ਸਟਾਈਲ। ਰਾਈਟ ਡਿਸੀਜ਼ਨ ਐਂਡ ਜੁਆਇਨ ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ। ਹੋਇਆ ਖੈਰ ਹੁਆ ਸਾ।